ਸਸਿਕਾਲ ਦੀ ਸ਼ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਤੋਂ ਬਾਅਦ ਸੁਧਾਰ ਲਹਿਰ ਦੇ ਉਮੀਦਵਾਰ ਬੀਬੀ ਜਗੀਰ ਕੌਰ ਜੀ ਤੇ ਇੱਕ ਬੜਾ ਵੱਡਾ ਹਮਲਾ ਸ਼ਰੋਮਣੀ ਅਕਾਲੀ ਦਲ ਵੱਲੋਂ ਝੂਠਾ ਤੇ ਬੇਬੁਨਿਆਦ ਮੁੱਦਾ ਖੜਾ ਕਰਕੇ ਕੋਸ਼ਿਸ਼ ਕੀਤੀ ਆ ਹਮਲਾ ਕਰਨ ਦੀ ਮੈਂ ਸਾਰੇ ਸਿੱਖ ਜਗਤ ਨੂੰ ਔਰ ਖਾਸ ਕਰਕੇ ਪੰਜਾਬੀਆਂ ਨੂੰ ਇੱਕ ਗੱਲ ਦੱਸਣੀ ਚਾਹੂੰਗਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਸਾਰੇ ਦੇ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਜਿੱਤ ਕੇ ਆਏ ਨੇ ਔਰ ਉਹਨਾਂ ਨੂੰ ਕਿਹੜਾ ਕੋਈ ਦਬਾਅ ਪਾ ਸਕਦਾ ਹੈ ਕਿਹਦੇ ਕਹਿਣ ਤੇ ਵੋਟ ਪੈ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਆਣ ਉਹਨਾਂ ਨੂੰ ਇੰਨੇ ਕਮਜ਼ੋਰ ਕਿਉਂ ਸਮਝਣ ਲੱਗ ਗਏ ਔਰ ਮੇਰੇ ਖਿਆਲ ਹੈ ਕਿ ਬਾਹਰੋਂ ਕਿਸੇ ਦੀ ਤਾਕਤ ਦੀ ਜਾਂ ਕਿਸੇ ਦੇ ਕਹਿਣ ਕੋਉਣ ਦੀ ਲੋੜ ਹੀ ਨਹੀਂ ਆ ਜਿਸ ਕਿਸਮ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਜ਼ਾਦਾਵਾਂ ਦਾ ਘਾਣ ਹੋਇਆ ਜਿਸ ਕਿਸਮ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਉੱਤੇ ਤਨਖਾਹਿਆ ਕਰਾਰ ਹੋਣ ਤੋਂ ਬਾਅਦ ਹਾਲਾਤ ਉਤਪਨ ਹੋਏ ਹੈ ਕੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਉਸ ਥੜੇ ਦੇ ਉਮੀਦਵਾਰ ਨੂੰ ਵੋਟ ਨਹੀਂ ਪਾ ਕੇ ਰਾਗੀ ਤੇ ਅੱਜ ਸਾਹਮਣੇ ਹਾਰ ਦਿਸ ਰਹੀ ਐ ਜਿਸ ਕਿਸਮ ਦੀ ਬਖਲਾਟ ਮੈਂ ਸਮਝਦਾ ਕਿ ਹਾਰ ਤੇ ਬਾਅਦ ਨਿਕਲ ਕੇ ਸਾਹਮਣੇ ਆ ਰਹੀ ਆ ਉਹ ਇਸ ਤਰ੍ਹਾਂ ਦੇ ਦੋਸ਼ ਲੱਗ ਰਹੇ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹੋਣ ਭਾਵੇਂ ਸਮੁੱਚਾ ਸਿੱਖ ਪੰਥ ਹੋਵੇ ਨਾ ਕਿਸੇ ਦੀ ਬਾਰੀ ਦਖਲਅੰਦਾਜ਼ੀ ਬਰਦਾਸ਼ਤ ਕਰਦਾ ਔਰ ਨਾ ਅੱਗੇ ਕਰੇਗਾ ਤੇ ਮੈਂ ਬੇਨਤੀ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰਸ਼ਿਪ ਵਾਲਾ ਨੂੰ ਕਿਰਪਾ ਕਰਕੇ ਇਹ ਜੇ ਇਲਜ਼ਾਮਾ ਝੂਠੇ ਨਾ ਲਾਓ ਔਰ ਸਿੱਧੇ ਤੌਰ ਤੇ ਆਪਾਂ ਕਹੀਏ ਕਿ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਾਡੇ ਚੋਂ ਹੀ ਸਾਡੇ ਨਾਲ ਰਹਿਣ ਵਾਲੇ ਜਿਹੜੇ ਮੈਂਬਰ ਹੈ ਉਹਨਾਂ ਤੇ ਸ਼ੱਕ ਕਰਨਾ ਜਾਂ ਉਹਨਾਂ ਤੇ ਦਬਾਅ ਪਾਉਣ ਦੀ ਗੱਲ ਕਰਨਾ ਇਹ ਉਹਨਾਂ ਦੀ ਵੀ ਮੈਂ ਸਮਝਦਾ ਕਿ ਤੋਹੀਨ ਹੈ ਅਜਿਹੇ ਬਿਆਨਾਂ ਤੇ ਸਾਨੂੰ ਨਹੀਂ ਪੈਣਾ ਚਾਹੀਦਾ